हेलो गाइस, वेलकम बैक टू माय चैनल। तो अज आप देखांगे कि आप स्मूथ स्किन आप किवें बना सकते हैं। तो मैं इस दे लई तीन टूल्स का यूज करूँगा, एक 2B पेंसिल का, फैबर कस्टल दी दा, ते एक 4B का, ते एक ब्रश का। ज़्यादा इन्हां दी लोड़ पूगी, मतलब मेन इन्हां दी लोड़ आगी। बाकी वैसे तो 8B भी वरती जू, 5B भी वरती जू, जिते ज़्यादा डार्क हो। ज़्यादा मेन ਇਹ ਤਿੰਨ ਟੂਲ ਜ਼ਿਆਦਾ ਮੇਨ ਨੇ ਵਧੀਆ ਰੀਅਲਿਸਟਿਕ ਸਕਿਨ ਡਰਾਅ ਕਰਨ ਲਈ। ਤਾਂ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਣਾ ਵੀ ਆਪਾਂ ਕਿਵੇਂ ਆਪਾਂ ਬਣਾ ਸਕਦੇ ਹਾਂ ਸਮੂਥ ਸਕਿਨ। ਆਪਾਂ ਹੁਣ ਬਣਾ ਕੇ ਦੇਖਦੇ ਹਾਂਗੇ ਆਪਾਂ ਵੀ ਕਿਵੇਂ ਬਣੂਗੀ। ਤਾਂ ਆਜੋ ਚੱਲਦੇ ਵੀਡੀਓ ਵਿੱਚ। ਤਾਂ ਆਪਾਂ ਅੱਜ ਜਿਹੜੀ ਡਰਾਇੰਗ ਹੈਗੀ ਉਹ ਬਣਾਵਾਂਗੇ ਸਿੱਧੂ ਮੂਸੇਵਾਲੇ ਦੀ। ਮਤਲਬ ਸਿੱਧੂ ਮੂਸੇਵਾਲੇ ਦੀ ਡਰਾਇੰਗ 'ਤੇ ਆਪਾਂ ਦੇਖਾਂਗੇ ਸਾਰਾ। ਮਤਲਬ ਤੁਹਾਨੂੰ ਮੈਂ ਦੱਸੂੰਗਾ ਵੀ ਆਪਾਂ ਕਿਵੇਂ ਰੀਅਲਿਸਟਿਕ ਸਕਿਨ, ਸੋਫਟ ਸਕਿਨ ਵਧੀਆ ਬਣਾ ਸਕਦੇ ਹੈਗੇ। ਤਾਂ ਮੈਂ ਸਿੱਧੂ ਮੂਸੇਵਾਲੇ ਦੀ ਸਕਿਨ 'ਤੇ ਦੱਸੂੰਗਾ ਅਤੇ ਆਪਾਂ ਦੇਖਾਂਗੇ ਇੱਥੇ ਡਾਰਕ ਉੱਥੇ ਡਾਰਕ ਕਰਾਂਗੇ ਅਤੇ ਉਸ ਲੋਟੇ ਕਰਾਂਗੇ। ਤਾਂ ਆਪਾਂ ਪਹਿਲੀ 'ਚ 2B ਪੈਨਸਲ ਯੂਜ਼ ਕਰਾਂਗੇ। 2B ਦੀ ਆਪਾਂ ਪਹਿਲਾਂ ਹਲਕੀ ਹਲਕੀ ਲੇਅਰ ਉੱਤੇ ਬਣਾਵਾਂਗੇ, ਜਿਹਦੇ ਨਾਲ ਮਤਲਬ ਫਸਟ ਲੇਅਰ ਬਣਾਵਾਂਗੇ ਅਤੇ ਹਲਕਾ ਹਲਕਾ ਸਲੋਲੀ ਸਲੋਲੀ ਆਪਾਂ ਨੇ ਉਹ ਕਰਨਾ ਗਾ ਅਤੇ ਪਿੱਛੋਂ ਫੜਨੀ ਆ ਪੈਨਸਲ, ਅਤੇ ਮਤਲਬ ਬਿਲਕੁਲ ਪ੍ਰੈਸ਼ਰ ਨਹੀਂ ਲਾਉਣਾ ਹੈਗਾ, ਹਲਕੀ ਹਲਕੀ ਮਾਰਨੀ ਹੈ। ਜੇ ਉਹ ਦੱਬ ਕੇ ਮਤਲਬ ਉਹ ਕਰਾਂਗੇ ਤਾਂ ਉਹ ਗੂੜੀ ਲਾਈਨ ਵੱਜ ਜਾਊਗੀ, ਤਾਂ ਕਰਕੇ ਇਸ ਕੇ ਪਿੱਛੋਂ ਕਰਕੇ ਪ੍ਰੈਸ਼ਰ ਨਹੀਂ ਆਪਣੇ ਜ਼ਿਆਦਾ ਅਪਲਾਈ ਕਰਨਾ ਉਹ 'ਤੇ, ਤਾਂ ਹਲਕੇ ਹਲਕੇ ਉਹਦੇ ਨਾਲ ਉਹ ਕਰਨਾ। ਅਤੇ ਉਸ ਤੋਂ ਬਾਅਦ 'ਚ ਆਪਾਂ ਬ੍ਰੱਸ਼ ਯੂਜ਼ ਕਰਾਂਗੇ ਉਸਨੂੰ ਹੋਰ ਵਧੀਆ, ਮਤਲਬ ਹੋਰ ਰੀਅਲਿਸਟਿਕ ਬਣਾਉਣ ਵਾਸਤੇ, ਸੋਫਟ ਬਣਾਉਣ ਵਾਸਤੇ ਉਸ 'ਤੇ ਆਪਾਂ ਹੁਣ ਬ੍ਰੱਸ਼ ਯੂਜ਼ ਕਰਾਂਗੇ। ਤਾਂ ਹੁਣ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੱਦ ਤੱਕ ਮਤਲਬ ਸੋਫਟ ਅਤੇ ਰੀਅਲਿਸਟਿਕ ਲੱਗ ਰਿਹਾ ਉੱਤੋਂ, ਅਤੇ ਬਾਕੀ ਜਦ ਸਾਰੀ ਬਣਦੀ ਹੁੰਦੀ ਹੈ ਫਿਰ ਜ਼ਿਆਦਾ ਵਧੀਆ ਲੱਗਦੀ ਹੁੰਦੀ ਹੈ, ਪਰ ਹਲੇ ਤੱਕ ਵੈਸੇ ਕੁਛ ਕੁ ਲਾਈਟ ਜ਼ਿਆਦਾ ਪੈ ਰਹੀ ਤਾਂ ਕਰਕੇ ਜ਼ਿਆਦਾ ਵਧੀਆ ਨਹੀਂ ਲੱਗ ਰਹੀ ਉਹ, ਤਾਂ ਕਰਕੇ ਜ਼ਿਆਦਾ ਨਹੀਂ ਲੱਗ ਰਹੀ ਮਤਲਬ। ਪਰ ਜਦ ਐਂਡ 'ਤੇ ਰਿਜ਼ਲਟ ਆਉਣਗੇ ਫਾਈਨਲ ਰਿਜ਼ਲਟ, ਉਦੋਂ ਬਹੁਤ ਹੱਦ ਤੱਕ ਠੀਕ ਲੱਗੂ ਉਹ। ਤਾਂ ਮੈਂ ਅੱਗੇ ਹੁਣ ਬਣਾਉਣਾ ਗਾ ਥੱਲੇ ਅੱਖਾਂ ਕੋਲ ਸ਼ੇਡਿੰਗ ਕਰਦਾਂਗਾ, ਅਤੇ ਜਿਵੇਂ ਪਹਿਲਾਂ ਕਰੀ ਦੀ ਆਪਾਂ ਉਵੇਂ ਸ਼ੇਡਿੰਗ ਕਰਾਂਗੇ। ਤਾਂ ਮੈਂ ਸ਼ੇਡਿੰਗ ਕਰਦਾਂਗੇ ਫਿਰ ਆਪਾਂ ਬਲੈਂਡਿੰਗ ਕਰਾਂਗੇ। ਅਤੇ ਸ਼ੇਡਿੰਗ ਕਰਤੀ ਅਤੇ ਮੈਂ ਹੁਣ ਉੱਤੇ ਬ੍ਰੱਸ਼ ਫੇਰ ਰਿਹਾ ਹੈਗਾ, ਜਿਸ ਦੇ ਨਾਲ ਇਹ ਹੋਰ ਵਧੀਆ ਮਤਲਬ ਸੋਫਟ ਦਿਖੂਗਾ, ਵਧੀਆ ਦਿਖੂਗਾ, ਰੀਅਲਿਸਟਿਕ ਦਿਖੂਗਾ। ਹੁਣ ਮੈਂ ਆਈਬ੍ਰੋ ਡਰਾਅ ਕਰ ਰਿਹਾ ਗਾ ਵੀ ਵਿੱਚ, ਫਿਰ ਮੇਰੀ ਨਾਲ ਉਹਦੇ ਡਰਾਇੰਗ ਵੀ ਬਣੀ ਜਾਊਗੀ। ਮੈਂ ਆਈਬ੍ਰੋ ਡਰਾਅ ਕਰਕੇ ਫਿਰ ਥੱਲੇ ਮਤਲਬ ਇੱਕ ਅੱਖ ਬਣਾਊਂਗਾ ਅਤੇ ਉਸ 'ਤੇ ਆਪਾਂ ਜਿੱਥੇ ਡਾਰਕ ਹੋਊ ਆਪਾਂ ਡਾਰਕ ਕਰਾਂਗੇ। ਆਪਾਂ ਨੂੰ ਜਿੱਥੇ ਦਿਖੂਗਾ ਵੀ ਜਿੱਥੇ ਆਪਾਂ ਨੂੰ ਡਾਰਕ ਜ਼ਿਆਦਾ ਡਾਰਕ ਹੈ ਤਾਂ ਆਪਾਂ ਉੱਥੇ ਡਾਰਕ ਕਰਾਂਗੇ, ਮਤਲਬ ਪਿਕਚਰ ਨੂੰ ਓਬਜ਼ਰਵ ਕਰਕੇ ਵੀ ਕਿੱਥੇ ਡਾਰਕ ਕਿੱਥੇ ਲਾਈਟ, ਉਸ ਦੇ ਹਿਸਾਬ ਨਾਲ ਆਪਾਂ ਸਾਰਾ ਸਕੈਚ ਜਿਹੜਾ ਬਣਾਵਾਂਗੇ। ਅਤੇ ਹੁਣ ਮੈਨੂੰ ਜਿੱਥੇ ਜਿੱਥੇ ਕਿ ਡਾਰਕ ਲੱਗ ਰਿਹਾ ਮੈਂ ਉੱਥੇ 4B ਅਤੇ 5B ਦਾ ਯੂਜ਼ ਕਰ ਰਿਹਾ ਗਾ, ਅਤੇ ਜਿੱਥੇ ਜ਼ਿਆਦਾ ਡਾਰਕ ਹੋ ਉੱਥੇ ਮੈਂ 8B ਦਾ ਯੂਜ਼ ਕਰੂੰਗਾ। ਅਤੇ ਫਿਰ ਉਸ ਤੋਂ ਬਾਅਦ 'ਚ ਉਹ ਸੇਮ ਬ੍ਰੱਸ਼ ਨਾਲ ਬਲੈਂਡਿੰਗ ਕਰੂੰਗਾ ਅਤੇ ਉਹ ਕਾਫੀ ਹੱਦ ਤੱਕ ਠੀਕ ਲੱਗਣ ਲੱਗ ਪਊਗਾ। ਅਤੇ ਮੈਂ ਹੁਣ ਅੱਖ ਬਣਾ ਰਿਹਾ ਗਾ, ਵੈਸੇ ਇਹ ਸਕਿਨ ਦੇ ਰਿਲੇਟਡ ਤਾਂ ਨਹੀਂ ਸੀ, ਫਿਰ ਮੈਂ ਬਣਾਉਣ ਲੱਗ ਗਿਆ ਵੈਸੇ ਅੱਖ, ਤਾਂ ਕਰਕੇ ਮੈਂ ਥੋੜ੍ਹੀ ਵੀਡੀਓ ਫਾਸਟ ਕਰਤੀ। ਤਾਂ ਅੱਖ ਤਾਂ ਬਣ ਗਈ ਸਿਰਫ, ਅਤੇ ਮੈਂ ਤੁਹਾਨੂੰ ਹੁਣ
ਥੱਲੇ ਦਿਖਾਊਂਗਾ ਵੀ ਆਪਾਂ ਕਿਵੇਂ ਉਹਨੂੰ ਵਧੀਆ ਉਹਦੇ ਨਾਲ ਬਣਾ ਸਕਦੇ ਹਾਂਗੇ। ਅਤੇ ਮੈਂ ਤੁਹਾਨੂੰ ਸਾਰਾ ਹੁੰਦਾ ਨਾਲ ਹੁੰਦੇ ਦਿਖਾਈ ਜਾਂਦਾ ਵੀ ਆਪਾਂ ਕਿਵੇਂ ਕਿਵੇਂ ਵਧੀਆ ਡਰਾਇੰਗ ਬਣਾ ਸਕਦੇ ਹਾਂ। ਅਤੇ ਹੁਣ ਆਪਾਂ ਹਾਈਲਾਈਟਿੰਗ ਕਰਾਂਗੇ। ਮੈਂ ਮੋਨੋ ਜ਼ੀਰੋ ਰੇਜ਼ਰ ਦਾ ਯੂਜ਼ ਕਰਦਾ ਗਾ ਅਤੇ ਆਪਾਂ ਸਿੰਪਲ ਰੇਜ਼ਰ ਦਾ ਵੀ ਕਰ ਸਕਦੇ ਅਤੇ ਨੀਡਲ ਰੇਜ਼ਰ ਦਾ ਵੀ ਕਰ ਸਕਦੇ ਹੈਗੇ। ਉਸਦੀ ਮਦਦ ਨਾਲ ਆਪਾਂ ਜਿਹੜੀ ਹੈਗੀ ਹਾਈਲਾਈਟਿੰਗ ਕਰ ਸਕਦੇ ਹੈਗੇ, ਜਿਸ ਦੇ ਨਾਲ ਥੋੜ੍ਹੀ ਹੋਰ ਰੀਅਲਿਸਟਿਕ ਲੁੱਕ ਆਊਗੀ। ਹੁਣ ਮੈਂ ਥੱਲੇ ਹਲਕੀ ਹਲਕੀ ਜਿਹੜੀ ਸ਼ੇਡਿੰਗ ਕਰੂੰਗਾ ਅਤੇ ਉਹ ਮੈਂ ਰੀਅਲ ਟਾਈਮ 'ਚ ਕਰੂੰਗਾ ਵੀ ਤੁਹਾਨੂੰ ਪਤਾ ਵੀ ਲੱਗੇ ਵੀ ਮੈਂ ਕਿਵੇਂ ਸ਼ੇਡਿੰਗ ਕਰ ਰਿਹਾ ਗਾ ਅਤੇ ਕਿਵੇਂ ਬਲੈਂਡਿੰਗ ਕਰ ਰਿਹਾ ਗਾ ਤਾਂ ਮੈਂ ਸ਼ੇਡਿੰਗ ਕਰਦਾ ਗਾ। ਤਾਂ ਹੁਣ ਤੁਸੀਂ ਧਿਆਨ ਨਾਲ ਦੇਖੋ ਵੀ ਆਪਾਂ ਕਿਵੇਂ ਕਰਨੀ ਹੈਗੀ ਸ਼ੇਡਿੰਗ। ਤਾਂ ਉਸ ਤਰੀਕੇ ਨਾਲ ਮਤਲਬ ਐਵੇਂ ਨਹੀਂ ਕਿ ਆਪਾਂ ਮਤਲਬ ਪਹਿਲੀ ਵਾਰ 'ਚ ਬਹੁਤ ਵਧੀਆ ਮਤਲਬ ਬਣਾ ਲਾਂਗੇ, ਇਸ ਦੇ ਲਈ ਬਹੁਤ ਹਾਰਡ ਵਰਕ ਲੱਗਦਾ ਗਾ ਅਤੇ ਬਹੁਤ ਟਾਈਮ ਲੱਗਦਾ ਗਾ ਵੀ ਜਿਹੜਾ ਜਿੰਨੇ ਟਾਈਮ ਤੋਂ ਬਣਾ ਰਹੇ ਹੋ ਪ੍ਰੈਕਟਿਸ ਕਰ ਰਹੇ ਹੋ ਉਹ ਉੱਨੀ ਜ਼ਿਆਦਾ ਵਧੀਆ ਮਤਲਬ ਕਰ ਲੂਗਾ। ਅਤੇ ਹੁਣ ਤੁਸੀਂ ਮੇਰੀ ਪਹਿਲਾਂ ਤੋਂ ਵੀ ਡਰਾਇੰਗ ਦੇਖਦੇ ਹੋ, ਮੇਰੀ ਪਹਿਲਾਂ ਇੰਨੀ ਵਧੀਆ ਨਹੀਂ ਸੀ, ਮੈਂ ਬਹੁਤ ਟਾਈਮ ਤੋਂ ਪ੍ਰੈਕਟਿਸ ਕਰ ਰਿਹਾ ਗਾ ਤਾਂ ਹੁਣ ਹੌਲੀ 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 ਇੰਪਰੂਵਮੈਂਟ ਆ ਰਹੀ ਹੈ ਅਤੇ ਉਹ ਵਧੀਆ ਹੋ ਰਹੀ ਹੈਗੀ ਹੁਣ। ਤਾਂ ਐਵੇਂ ਹਾਰਡ ਵਰਕ ਕਰਦੇ ਰਹੋ। ਤਾਂ ਅੱਜ ਦੀ ਵੀਡੀਓ ਵਾਸਤੇ ਬਸ ਇੰਨੇ ਹੀ ਸੀ ਅਤੇ ਹੁਣ ਸਿੱਧੂ ਮੂਸੇਵਾਲ ਦੀ ਟਾਈਮ ਲੈਪਸ ਵੀਡੀਓ ਵੀ ਆਊਗੀ ਜਿਹੜੀ ਪੂਰੀ ਹੈਗੀ। ਅਤੇ ਹਾਂ, ਤੁਸੀਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਅਤੇ ਯਾਰ ਇੰਨੀ ਹੁਣ ਤਾਂ ਮਿਹਨਤ ਕਰ ਰਹੇ ਹਾਂ ਤਾਂ ਕਰ ਦਿਓ ਪਲੀਜ਼ ਸਬਸਕ੍ਰਾਈਬ। ਪਹਿਲਾਂ ਦੋ ਵਾਰ ਕਾਪੀਰਾਈਟ ਸਟ੍ਰਾਈਕ ਆ ਗਈ, ਦੋ ਵਾਰ ਡਿਲੀਟ ਮਾਰ ਗਿਆ, ਤੀਜੀ ਵਾਰ ਬਣਾ ਰਿਹਾ ਗਾ, ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ।